ਮੰਤੇ ਬਰਾਜਮਾਨ ਸਮੂਹ ਟਰਸਟੀ ਸਹਿਬਾਨ ਤੇ ਗਦਰੀ ਬਾਬਿਆਂ ਦੇ ਬਾਰੇ ਸਾਥੀਓ ਪੈਣੋ ਤੇ ਪ੍ਰਾਉ ਆਪਾਂ ਸਾਰੇ ਅੱਜ ਬਾਬਾ ਸੋਹਣ ਸਿੰਘ ਪਕਰਾਂ ਦੇ 150ਵੇਂ ਜਨਮ ਦਿਨ ਦੀ ਨੂੰ ਮਨਾਉਣ ਲਈ ਉਹਨਾਂ ਨੂੰ ਯਾਦ ਕਰਨ ਲਈ ਉਹਨਾਂ ਦੀ ਪੂਰੀ ਕਹਾਣੀ ਨੂੰ ਜੋ ਕੁਝ ਉਹਨਾਂ ਨੇ ਆਪਣੀ ਸਮੂੱਚੀ ਜ਼ਿੰਦਗੀ ਲਾਇਆ ਉਸ ਦੀ ਸਾਰੀ ਤਸਵੀਰ ਆਪਣੇ ਅੱਖਾਂ ਚ ਫੇਰ ਮੁੜ ਕੇ ਲੋਨ ਲਈ ਅਕਤਰ ਹੋਏ ਆ ਬਾਬਾ ਜੀ ਨੇ ਆਪਣੇ 70 ਸਾਲ ਦੀ ਸਿਆਸੀ ਜ਼ਿੰਦਗੀ ਚ ਲਗਭਗ 26 ਸਾਲ ਜੇਲ੍ਹਾਂ ਚ ਕੱਟੇ ਲੰਬੀਆਂ ਲਬੀਆਂ ਪੋਖਰਤਲਾਂ ਕੀਤੀਆਂ ਜੋ ਕੋ ਜੇਲ੍ਹਾਂ ਚ ਗੈਰ ਮਨੁੱਖੀ ਵਿਵਹਾਰ ਹੁੰਦਾ ਸੀ ਜੋ ਉਹਨਾਂ ਦਾ ਜ਼ੁਲਮ ਹੁੰਦੇ ਸੀ ਉਹਨਾਂ ਚ ਖਿਲਾਫ ਜਿੱਥੇ ਜੇਲ੍ਹ ਤੋਂ ਬਾਹਰ ਲੜਦੇ ਸੀ ਉੱਥੇ ਜੇਲ੍ਹਾਂ ਦੇ ਅੰਦਰ ਵੀ ਗਦਰਿਆਂ ਨੇ ਉਹ ਮਿਸਾਲ ਪੈਦਾ ਕੀਤੀ ਕਿ ਇਨਕਲਾਬੀ ਕਿਤੇ ਵੀ ਹੋਣ ਉਹ ਬਾਹਰ ਹੋਣ ਉਹ ਜੇਲ੍ਹ 'ਚ ਹੋਣ ਉਹ ਸੰਘਰਸ਼ ਦੇ ਰਾਤੇ ਹਮੇਸ਼ਾ ਚੱਲਦਿਆ ਇਸ ਕਰਕੇ ਉਹਨਾਂ ਨੇ ਆਪਣੇ ਜ਼ਿੰਦਗੀ ਦੇ 70 ਸਾਲ ਜੇਲ੍ਹਾਂ 'ਚ ਗੁਜ਼ਾਰੇ ਉਸ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੋਈ ਕਿ ਜਿਹੜੇ ਅੰਗਰੇਜ਼ਾਂ ਦੇ ਸਮੇਂ ਜੇਲ੍ਹਾਂ ਸੀ ਤੇ ਜਦੋਂ ਅੰਗਰੇਜ਼ ਚਲੇ ਗਏ ਉਸ ਤੋਂ ਬਾਅਦ 1948 ਚ ਉਹਨਾਂ ਦਾ ਜਿਹੜਾ ਆਸ਼ਰਮ ਸੀ ਬਕਰਨੇ ਚ ਉਥੋਂ 7-8 ਸਾਥੀਆਂ ਨਾਲ ਉਹਨੂੰ ਗ੍ਰਿਫਤਾਰ ਕਰਕੇ ਜੋਲ ਕੈਂਪੇਜ ਭੇਜ ਦਿੱਤਾ ਤੇ ਉਸ ਜੇਲ੍ਹ ਚ ਬਤੀਰਾ ਜਿਹੜਾ ਸੀ ਹਾਕਮਾਂ ਦਾ ਉਹ ਅੰਗਰੇਜ਼ਾਂ ਨਾਲੋਂ ਵੀ ਮਾੜਾ ਸੀ ਬੋਲਚਾਲ ਮਾੜੀ ਸੀ ਖੁਰਾਕ ਮਾੜੀ ਸੀ ਤੇ ਉੱਪਰੋਂ ਉਮਰ ਵੀ ਜਿਹੜੀ ਜਵਾਨੀ ਆ ਉਹ ਟੜਦੀ ਸੀ ਇਸ ਕਰਕੇ ਉਹਨਾਂ ਦੇ ਜਿਹੜੇ ਲੰਬੇ ਕਦਮ ਨੂੰ ਕੁੱਬ ਪੈ ਗਿਆ ਇੱਕ ਵਾਰੀ ਕਿਦੇ ਨਿਰ ਨੂੰ ਮਿਲਣ ਗਿਆ ਤੇ ਉਹਨਾਂ ਨੇ ਕਹਿ ਕੇ ਬਾਬਾ ਜੀ ਤੁਹਾਡੇ ਕੁੱਭ ਪੈ ਗਿਆ ਉਹ ਕਹਿੰਦਾ ਜੋ ਕੁਝ ਕੰਮ ਅੰਗਰੇਜ਼ ਨਹੀਂ ਸੀ ਕਰ ਸਕੇ ਉਹ ਤੇਰੀ ਹਕੂਮਤ ਨੇ ਕਰਤਾ ਉਹ ਮੇਰਾ ਲੱਕ ਦੋਰਾ ਨਹੀਂ ਸੀ ਕਰ ਸਕੇ ਮੇਰਾ ਲੱਕ ਕਾਇਮ ਰਹਾ ਪਰ ਤੁਹਾਡੇ ਇਸ ਜ਼ੁਲਮ ਨੇ ਤੁਹਾਡੇ ਇਸ ਪੜੇ ਵਰਤਾਓ ਨੇ ਮੈਨੂੰ ਕੁੱਭ ਪਾ ਦਿੱਤਾ ਤੇ ਜਦੋਂ ਉਹ ਦੇਖ ਦਿਆ ਕਿ ਜਿੱਦਾਂ ਦਾ ਸੁਪਨਾ ਗਦਰਿਆਂ ਨੇ ਲਿਆ ਸੀ ਕਿ ਅੰਗਰੇਜ਼ਾਂ ਨੂੰ ਕੱਢ ਕੇ ਸਾਨੂੰ ਸੰਪੂਰਨ ਆਜ਼ਾਦੀ ਮਿਲੂਗੀ ਸਹੀ ਅਰਥਾਂ ਚ ਆਜ਼ਾਦੀ ਮਿਲੂਗੀ ਲੋਕ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਆਜ਼ਾਦ ਹੋਣਗੇ ਧਰਮ ਦਾ ਮਾਮਲਾ ਨਹੀਂ ਹੋਗਾ ਨਰਪੱਖਤਾ ਧਰਮ ਨਰਪੱਖਤਾ ਦੇ ਦਾਤ ਸਮਾਜ ਸਰੂ ਹੋਗਾ ਬੇਨਾਈ ਨਹੀਂ ਹੋਊਗੀ ਸਭ ਲੋਕਾਂ ਨੂੰ ਨਿਆਂ ਮਿਲੂਗਾ ਤੇ ਉਹ ਜਦੋਂ ਆਪਣੀ ਅੱਖਾਂ ਦੇ ਸਾਹਮਣੇ ਉਹ ਸਾਰੀਆਂ ਗੱਲਾਂ ਉਹਦੇ ਉਲਟ ਦੇਖਦੇ ਸੀ ਤੋਂ ਕਹਿੰਦੇ ਕਿ ਮੇਰੇ ਰੋਮ ਰੋਮ ਤੋਂ ਚੀਸਾਂ ਉੱਡਦੀਆਂ ਸੀ ਉਹਨੇ ਆਪਣੇ ਦਰਦ ਦਾ ਜਿਹੜਾ ਦਿਲ ਦਾ ਦਰਦ ਸੀ ਉਹ ਲੋਕਾਂ ਨਾਲ ਸਮਝਾ ਕੀਤਾ ਕਿ ਭਈ ਦੇਸ਼ ਭਗਤਾ ਨੇ ਫਾਂਸੀ ਦੇ ਚੜਨ ਵੇਲੇ ਸਾਡੇ ਨੇ ਇੱਕ ਐਲਾਨ ਕੀਤਾ ਸੀ ਕਿ ਭਈ ਦੇਸ਼ ਵਾਸੀਓ ਅਸੀਂ ਤੁਹਾਡੀਆਂ ਗੁਲਾਮੀ ਦੀਆਂ ਜ਼ੰਜੀਰਾਂ ਤਾਂ ਨਹੀਂ ਤੋੜ ਸਕੇ ਪਰ ਤੁਹਾਡੇ ਨਾਲ ਇੱਕ ਵਾਦਾ ਜ਼ਰੂਰ ਕਰਦੇ ਜਾਣ ਲੱਗਿਆ ਕਿ ਗਦਰੀਆਂ ਚੋਂ ਜਿਹੜਾ ਵੀ ਆਖਰੀ ਦੇ ਬਚੇਗਾ ਉਹ ਆਪਣੇ ਸਾਹਾਂ ਤੱਕ ਆਖਰੀ ਸਾਹਾਂ ਤੱਕ ਜ਼ੁਲਮ ਦੇ ਖਿਲਾਫ ਲੜਦਾ ਰਹੇਗਾ ਤੇ ਉਹਦੀ ਮਿਸਾਲ ਜਿੰਨੇ ਵੀ ਗਦਰੀ ਬਚੇ ਜਿਲ੍ਹਾ ਤੋਂ ਬਾਹਰ ਆਏ ਉਹਨਾਂ ਨੇ ਉਸ ਸੰਘਰਸ਼ ਦਾ ਪਿੱੜ ਨਹੀਂ ਛੱਡਿਆ ਉਹ ਸੰਘਰਸ਼ ਕਰਦੇ ਰਹੇ ਆਪਾਂ ਜਾਣਦੇ ਆ ਕਿ ਕਿਸਾਨ ਸਭਾ ਦਾ ਜਿਹੜਾ ਮੁੱਢ ਬੰਨ੍ਹਣ ਵਾਲੇ ਬਾਬਾ ਜਵਾਲਾ ਸਿੰਘ ਠੱਠੀਆਂ ਵਾਲੇ ਉਹ ਸੀਗੇ ਜਦੋਂ ਕਿਸਾਨ ਮੋਰਚਾ ਲੱਗਿਆ ਕੈਰੋਂ ਦੀ ਹਕੂਮਤ ਦੇ ਖਿਲਾਫ ਤੇ ਜਿਹੜਾ ਪਹਿਲਾ ਜਥਾ ਜੇਲਾਂ ਚ ਗਿਆ ਉਹ ਬਾਬਾ ਭਾਗ ਸਿੰਘ ਕੈਨੇਡੀਅਨ ਦੀ ਅਗਵਾਈ ਚ ਗਿਆ ਉਸ ਤੋਂ ਬਾਅਦ ਬਾਬਾ ਬੁੱਜੋ ਸਿੰਘ ਸ਼ਹੀਦ ਹੋਣ ਵਾਲੇ ਬਾਦਲਦੀ ਘੁੰਮਤ ਉਹ ਵੀ ਗਦਰ ਸੀ ਜਦੋਂ ਜਲਿਆਂਵਾਲੇ ਬਾਗ ਨੂੰ ਸੁੰਦਰੀਕਰਨ ਦੇ ਨਾਂ ਥੱਲੇ ਇੱਕ ਵਪਾਰਕ ਕੇਂਦਰ ਬਣਾਇਆ ਜਾ ਰਿਹਾ ਸੀ ਤੇ ਜਿਹੜੇ ਗੋਲੀਆਂ ਦੇ ਨਿਸ਼ਾਨ ਮਟਾਏ ਜਾ ਰਿਹਾ ਸੀ ਤੇ ਬਾਬਾ ਪਾਕ ਸਿੰਘ ਬਿਲਗਾ ਦੀ ਬੜੀ ਗਰਜਵੀਂ ਆਵਾਜ਼ ਗਿਆ ਕਿ ਮਨਮੋਹਨ ਸਿੰਘ ਤੂੰ ਤ੍ਰਿਫਾ ਕਰਦਾ ਅੰਗਰੇਜ਼ਾਂ ਦੀਆਂ ਕਿ ਅੰਗਰੇਜ਼ ਨੇ ਸਾਨੂੰ ਬਿੱਦਾ ਦਿੱਤੀ ਅੰਗਰੇਜ਼ਾਂ ਨੂੰ ਰਾਜ ਕਰਨਾ ਸਿਖਾਇਆ ਅੰਗਰੇਜ਼ਾਂ ਨੇ ਸਾਨੂੰ ਰੇਲਵੇ ਦਿੱਤੀ ਹੋਰ ਪਤਾ ਪਾਇਆ ਕਿ ਬਰਤਦਾ ਗੋਨਾ ਤੈਨੂੰ ਅਜੱਲਾਂ ਵਾਲੇ ਬਾਗ 'ਚ ਗੋਲੀਆਂ ਦੇ ਨਿਸ਼ਾਨ ਨਹੀਂ ਦਿਸਦੇ ਇਹ ਆਵਾਜ਼ ਉਹ ਬਾਬਾ ਭਗ ਸਿੰਘ ਬਿਲਗਾ ਦੀ ਸੀ ਇਸ ਤਰ੍ਹਾਂ ਹੋਰ ਸਾਰੇ ਗਦਰੀਆਂ ਵਾਰੇ ਕਿ ਉਹਨਾਂ ਨੇ ਆਪਣੇ ਸਾਹ ਆਖਰੀ ਸਾਹ ਤੱਕ ਉਸ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਉਸ ਲੁੱਟ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਤੇ ਜਦੋਂ ਅੱਜ ਅਸੀਂ ਦੇਖਦੇ ਹਾਂ ਕਿ ਇੱਕ ਇੱਕ ਕਰਕੇ ਸਾਰੀਆਂ ਜਿਹੜੀਆਂ ਜਾਇਦਾਦਾਂ ਉਹ ਵੇਚਣ ਤੇ ਲਾਈਆਂ ਹੋਈਆਂ ਰੇਲਵੇ ਵਿਕ ਗਈ ਬੈਂਕਾਂ ਉਹਨਾਂ ਦੇ ਕੋਲੇ ਦੀਆਂ ਖਾਣਾ ਉਹਨਾਂ ਨੂੰ ਦੇਤੀਆਂ ਹੋਰ ਕੀ ਕੀ ਨਹੀਂ ਹੈ ਮਲਕਾਨ ਦਾ ਪਾ ਕੇ ਪੂਰਾ ਦੇਸ਼ ਜਿਹੜਾ ਆ ਜਿਨ੍ਹਾਂ ਤੋਂ ਗੱਜੀ ਬਾਬਿਆਂ ਨੇ ਆਜ਼ਾਦ ਕਰਨ ਦੀ ਸੋਚੀ ਸੀ ਉਹਨਾਂ ਨੂੰ ਵੇਚਿਆ ਜਾ ਰਿਹਾ ਤੇ ਜਿਹੜੇ ਇਸ ਦਾ ਵਿਰੋਧ ਕਰਦੇ ਆ ਪਹਿਲਾਂ ਵੀ ਜੱਕਾ ਸਾਥੀਆਂ ਨੇ ਕੀਤਾ ਕਿ ਉਸ ਵਿਰੋਧੀ ਆਵਾਜ਼ ਨੂੰ ਕਿਸ ਤਰ੍ਹਾਂ ਦਬਾਇਆ ਜਾ ਰਿਹਾ ਕਿਸ ਤਰ੍ਹਾਂ ਨਫਰਤ ਫਿਰ ਕੋ ਨਫਰਤ ਪੈਦਾ ਕੀਤੀ ਜਾ ਰਹੀ ਆ ਉਹਦੀਆਂ ਤਾਜ਼ਾ ਧਾਰਨਾ ਦਿੱਲੀ ਦੀਆਂ ਘਟਰਾਵਾਂ ਦੱਸਦੀਆਂ ਕਿ ਜਿਹੜੇ ਜ਼ੁਲਮ ਦੇ ਖਿਲਾਫ ਬੋਲਣ ਵਾਲੇ ਆ ਜਿਹੜੇ ਉਸ ਨਾਗ ਨਾਗਰਿਕਤਾ ਸੋਹ ਕਾਨੂੰਨ ਦੇ ਖਿਲਾਫ ਬੋਲਣ ਵਾਲੇ ਆ ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਕਿ ਇਹਨਾਂ ਨੇ ਦੰਗੇ ਭੜਕਾਏ ਥੋੜੇ ਦਿਨਾਂ ਦੀ ਖਬਰ ਹੈ ਕਿ ਭਈ 40 ਦਿਨਾਂ ਬਾਅਦ ਇੱਕ ਬੀਟ ਕਨਸਟੇਬਲ ਉਹ ਅਰਜੀ ਦਰਜ ਕਰਾਉਂਦਾ ਆਪਣੀ ਸ਼ਿਕਾਇਤ ਦਰਜ ਕਰਾਉਂਦਾ ਜਿਹਦੇ ਆਧਾਰ ਤੇ ਤਿੰਨ ਕਟਗਨਦੀ ਨਾਲ ਸੰਬੰਧਤ ਲੋਕ ਜਿਹੜੇ ਉਹਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਜਿਹੜਾ ਆਈ ਬਿਟਰਨਸ ਆ ਉਹਦੀ ਕਿਤੇ ਜਾ ਕੇ ਪਿੱਛੋਂ ਜਦੋਂ ਕੋਰਟ ਚ ਕੇਸ ਜਾਣਾ ਉਦੋਂ ਜਿਹੜੀ ਉਹ ਜਿਹੜੀ ਉਹਦੇ ਬਿਆਨ ਜਿਹੜਾ ਉਹ ਰਿਕਾਰਡ ਕੀਤਾ ਜਾਂਦੇ ਆ ਤੇ ਹੁਣ ਜਾ ਕੇ ਕਿਹਾ ਕਿ ਬਾਕੀ ਅਣਪਛਾਤੇ ਲੋਕ ਆ ਇਹ ਲੋਕ ਪਛਾਣੇਗਾ ਤੇ ਅਦਾਲਤ ਨੇ ਕਿਹਾ ਕਿ ਭਈ ਜਿੰਨਾ ਚਿਰ ਬਾਕੀ ਨਹੀਂ ਲੱਭਦੇ ਤੁਸੀਂ ਇਹਨਾਂ ਨੂੰ ਕਿੰਨਾ ਚਿਰ ਜੇਲ੍ਹ ਚ ਰੱਖੋਗੇ ਮਤਲਬ ਹਾਕਮਾਂ ਦਾ ਇਹ ਆ ਕਿ ਜੇਲ੍ਹਾਂ ਚ ਲੋਕਾਂ ਨੂੰ ਬੰਦ ਕੀਤਾ ਜਾਵੇ ਕਿਸ ਤਰ੍ਹਾਂ ਦਾ ਜ਼ੁਲਮ ਕਿ ਉਹਨਾਂ ਦੀ ਮਸਜਿਦ ਉੱਪਰ ਉਹ ਪਗਮੇ ਝੰਡੇ ਚ ਲਾਇਆ ਜਾ ਰਿਹਾ ਤੇ ਜਿਹੜੇ ਰਿਪੋਰਟਰ ਉਹਦੀ ਰਿਪੋਰਟ ਕਰਨ ਗਏ ਉਹਨਾਂ ਦੀ ਕੁੱਟ ਮਾਰ ਕੀਤੀ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਜਿਹੜੇ ਸ਼ਹੀਨ ਬਾਗ ਚ ਗੋਲੀਆਂ ਚਲਾਉਣ ਦੀਆਂ ਗੱਲਾਂ ਕਰਨ ਵਾਲੇ ਸੀ ਉਹਨਾਂ ਨੂੰ ਸਜ਼ਾਵਾ ਦੇਣ ਵਾਲੇ ਸੀ ਉਹ ਤਾਂ ਸ਼ਰਿਆਮ ਘੁੰਮਦੇ ਆ ਕਿ ਭਈ ਇਹਨਾਂ ਨੂੰ ਗੋਲੀਆਂ ਮਾਰੋ ਇਹਨਾਂ ਨੂੰ ਸਬਕ ਸਿਖਾਉਣਾ ਆ ਤੁਸੀਂ ਇੰਨੇ ਕ ਸਮੇਂ ਚ ਆਪਣਾ ਧਰਨਾ ਤੁਰਨਾ ਚੱਕੋ ਤੇ ਨਹੀਂ ਤਾਂ ਅਸੀਂ ਝਕਾ ਦੇਣਾ ਉਹ ਤਾਂ ਬਾਹਰ ਫਿਰਦੇ ਆ ਤੇ ਜਿਹੜੇ ਇਸ ਦਾ ਵਿਰੋਧ ਕਰਨ ਵਾਲਿਆ ਉਹ ਜੇਲ੍ਹਾਂ ਚ ਇੰਨਾ ਹੀ ਨਹੀਂ 90% ਇਹ ਅਪਾਜ ਬੰਨ ਪ੍ਰੋਫੈਸਰ ਆ ਯੂਨੀਵਰਸਿਟੀ ਦਾ ਉਸ ਦੀ ਮਾਂ ਦੀ ਮੌਤ ਹੋ ਜਾਂਦੀ ਆ ਉਹ ਅਰਜੀ ਦਿੰਦਾ ਕਿ ਮੈਨੂੰ ਜਮਾਨਤ ਤੇ ਛੱਡਾ ਜਾਵੇ ਤਾਂ ਕਿ ਮੈਂ ਆਪਣੇ ਮਾਂ ਦੀਆਂ ਅੰਤਮ ਰਸਮਾਂ ਸ਼ਾਮਲ ਹੋ ਸਕਾਂ ਉਹਦੀ ਅਰਜੀ ਰੱਦ ਕਰਤੀ ਜਾਂਦੀ ਆ ਇਦਾਂ ਦੇ shear ਜ਼ੁਲਮ ਤਾਂ ਅੰਗਰੇਜ਼ ਦੇ ਰਾਜ ਵਿੱਚ ਵੀ ਨਹੀਂ ਹੋਏ ਹੋਣਗੇ 80 ਸਾਲ ਦਾ ਕਵੀ ਜਿਹਨੂੰ ਇਸ ਗੱਲ ਕਰਕੇ ਬੰਦ ਕੀਤਾ ਹੋਇਆ ਕਿ ਇਹ ਮੋਦੀ ਦੀ ਮਨ ਨੂੰ ਮਾਰਨ ਦੀ ਸਾਜ਼ਿਸ਼ ਸ਼ਾਮਲ ਹੈ ਉਹ ਬੇਕਾਬਤਾ ਲਿਖ ਲਊਗਾ ਉਹਦੇ ਖਿਲਾਫ ਬੋਲ ਵੀ ਲਊਗਾ ਪਰ ਉਹਦੀ ਖਿਲਾਫ ਸਾਜਿ ਰਚਣ ਦਾ ਤੇ ਹੁਣ ਇੱਕ ਪਾਦਰੀ ਜਿਹੜਾ ਆਦੀਵਾਸੀਆਂ ਲਈ ਕੰਮ ਕਰਦਾ ਉਹਦੇ ਖਿਲਾਫ ਕੀ ਕੇਸ ਹੈ ਕਿ ਭਈ ਇਹ ਮੋਦੀ ਹਕੂਮਤ ਦਾ ਹਥਿਆਰਾਂ ਨਾਲ ਤਖਤਾਂ ਉਡਾਉਣਾ ਚਾਹੁੰਦਾ ਫਰਜੀ ਗੱਲਾਂ ਘੜ ਘੜ ਕੇ ਫਰਜੀ ਕੇਸ ਬਣਾ ਬਣਾ ਕੇ ਝੂਠੀਆਂ ਰਿਪੋਰਟਾਂ ਦੇ ਆਧਾਰ ਤੇ ਸਾਡੇ ਕਵੀਆਂ ਨੂੰ ਸਾਡੇ ਆਮ ਲੋਕਾਂ ਨੂੰ ਜਿਲ੍ਹਿਆਂ 'ਚ ਬੰਦ ਕੀਤਾ ਜਾ ਰਿਹਾ ਤੇ ਬਾਬਾ ਜੀ ਦੇ ਜਿਹੜੇ ਉਹ ਗਦਰੀਆਂ ਦੇ ਨਾਲ ਜੋ ਅੱਜ ਸਾਰੇ ਦੇਸ਼ ਵਾਪਰਿਆ ਉਹਦੇ ਉੱਤੇ ਉਹਨਾਂ ਦੀ ਰੂਹ ਕੰ ਜਿਹਨੂੰ ਕਹਿੰਦੇ ਆ ਕਿ ਉਹਨਾਂ ਦੇ ਦਿਲ ਤੋਂ ਚੀਜ਼ ਉੱਠਦੀ ਸੀ ਤੇ ਉਹਨਾਂ ਨੇ ਇੱਕ ਅਪੀਲ ਕੀਤੀ ਸੀ ਨੌਜਵਾਨਾਂ ਨੂੰ ਕਿ ਨੌਜਵਾਨੋ ਅਸੀਂ ਜੋ ਕਰਨਾ ਸੀ ਕਰ ਲਿਆ ਤੁਹਾਨੂੰ ਇਹ ਸਮਾਜ ਨੂੰ ਬਦਲਣ ਲਈ ਉਹਨਾਂ ਬਹਾਦਰ ਨੌਜਵਾਨਾਂ ਦੀ ਉਹ ਸਿਰੜ ਵਾਲੇ ਨੌਜਵਾਨਾਂ ਦੀ ਲੋੜ ਹੈ ਚਾਹ ਬਾਬਾ ਜੀ ਦੀ ਇਸ ਅਪੀਲ ਨੂੰ ਪੰਜਾਬ ਦੀ ਜਵਾਨੀ ਨੇ ਕਬੂਲਿਆ ਅ ਜਿਸ ਵੱਡੇ ਪੱਦਰ ਤੇ ਨੌਜਵਾਨ ਕਿਸਾਨਾਂ ਦੇ ਨਾਲ ਰਲ ਕੇ ਮੋਰਚੇ ਤੇ ਆਇਆ ਲੱਗਦਾ ਕਿ ਉਹਨਾਂ ਨੇ ਬਾਬਾ ਜੀ ਦਾ ਉਸਰੇਹਾ ਉਹਨਾਂ ਦੇ ਕਿਤਰਾਂਕ ਤੇ ਜ਼ਰੂਰ ਦਿਮਾਗ ਸੀ ਜਿਸ ਨੂੰ ਉਹਨਾਂ ਨੇ ਪ੍ਰਬਾਨ ਕੀਤਾ ਅ ਜਦੋਂ ਅਸੀਂ ਬਾਬਾ ਜੀ ਨੂੰ ਯਾਦ ਕਰਦੇ ਹਾਂ ਗਦਰਿਆਂ ਨੂੰ ਯਾਦ ਕਰਦੇ ਹਾਂ ਹੋਰ ਦੇਸ਼ ਭਗਤਾਂ ਨੂੰ ਯਾਦ ਕਰਦੇ ਹਾਂ ਤਾਂ ਅੱਜ ਸਾਡੇ ਸਾਹਮਣੇ ਵੀ ਇਹ ਇਹ ਪ੍ਰਣ ਕਰਨਾ ਪੈਂਦਾ ਕਿ ਜਿੰਨਾ ਚਿਰ ਇਹ ਜ਼ੁਲਮ ਰੰਦਾ ਇਸ ਫਾਸ਼ੀਵਾਦੀ ਤਾਕਤਾਂ ਜਿਹੜੀਆਂ ਲੋਕਾਂ ਦੀ ਹਰ ਕਿਸੇ ਦੀ ਆਵਾਜ਼ ਨੂੰ ਦਬਣਾ ਚਾਹੁੰਦੀਆਂ ਜਿਹੜੀ ਲੋਕਾਂ ਨੂੰ ਪਰੜਨ ਦੀਆਂ ਗੱਲਾਂ ਕਰਦੀਆਂ ਨਫ਼ਰਤ ਫੈਲਾਉਣਾ ਚਾਹੁੰਦੀਆਂ ਡਰ ਪੈਦਾ ਮਾਹੌਲ ਪੈਦਾ ਕਰਨਾ ਚਾਹੁੰਦੀਆਂ ਉਹਨਾਂ ਦੇ ਖਿਲਾਫ ਆਪਾਂ ਸਾਰੇ ਇਕੱਠੇ ਹੋ ਗਏ ਲੜੀਏ ਤੇ ਬਾਬਿਆਂ ਦੇ ਉਸ ਸਨੇਹੇ ਨੂੰ ਜਿਹੜਾ ਫਾਂਸੀ ਤੇ ਚੜਨ ਵੇਲੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਵੀ ਆਖਰੀ ਸਾਹਾਂ ਤੱਕ ਲੜਾਂਗੇ ਤੇ ਬਾਬਾ ਜੀ ਦੀ ਉਹ ਅਪੀਲ ਜੋ ਜਿਹਨੇ ਨੋਜੋਨਾ ਨੂੰ ਕੀਤੀ ਸੀ ਉਸ ਨੂੰ ਅੱਜ ਸਾਡੇ ਦਰਰੋਂ ਦੀ ਲੋੜ ਹੈ ਉਹਦਾ ਅਪਰਣ ਕਰਨ ਦੀ ਲੋੜ ਹੈ ਇਹਨਾਂ ਸ਼ਬਦਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ